ਸਰਕਾਰ ਦੀ ਇਜਾਜ਼ਤ ਹੋਵੇ ਕਿ ਪੜ੍ਹੀ ਲਿਖੀ ਜੀ ਗੱਲ ਹੈ ਸ਼ੁਗਲ ਦੀ ਜੇ ਕਰਨੀ ਜੇ ਬਹਿ ਜਾਓ ਬਾਬਾ ਜੀ ਉਹ ਇੱਦਾਂ ਸੀ ਵੀ ਆ ਪੀੜਾਂ ਦਾ ਹੁੰਦਾ ਆਪੋ ਆਪਣਾ ਹਿਸਾਬ ਕੋਈ ਲੰਗਰ ਚਲਾਉਂਦਾ ਹਲੀਮ ਬਣਾ ਕੇ ਕੋਈ ਚਲਾਉਂਦਾ ਗੋਸ਼ਤ ਦਾ ਸ਼ੋਰਾ ਅੱਗੇ ਚੋਰੀ ਮੋਸਣ ਕਹਿੰਦਾ ਵੀ ਸ਼ੋਰਾ ਬਹੁਤ ਸੋਹਣਾ ਪੀਣ ਵਾਲਾ ਹੁੰਦਾ ਲਾਠੀਆਂ ਵਾਲੇ ਅਤੇ ਕਿਸੇ ਬਾਬੇ ਦਾ ਹੁੰਦਾ ਕੱਦੂ ਦੇ ਹੱਥ ਟਿੱਕਿਆ ਕਿਸੇ ਦਾ ਕਿਤੇ ਅਤੇ ਕੱਦੂ ਦੀ ਇੱਕ ਸ਼ਾਨ ਹੋਰ ਦੱਸਾਂ ਯੂਨਿਸ ਅਲੈਹਿਸ ਸਲਾਮ ਨੂੰ ਜਦੋਂ ਮੱਛੀ ਨੇ ਗੜਛਿਆ ਅਤੇ ਅੱਲਾ ਦੀ ਜ਼ਾਤ ਨੇ ਕੱਦੂ ਦੀ ਵਾਲ ਲਗਾਈ ਜਦੋਂ ਆਇਤ ਕਰੀਮਾ ਉੱਥੇ ਪੜ੍ਹੀ ਗਈ ਨਾ ਲਾ ਇਲਾਹਾ ਇੱਲਾ ਅੰਤਾ ਸੁਬਾਨਾ ਇੰਨੀ ਕੁੰਤੁ ਮਿਨਜ਼ ਜ਼ਾਲਿਮੀਨ ਅਤੇ ਅੱਲਾ ਦੀ ਜ਼ਾਤ ਨੇ ਮਾਫ਼ੀ ਦੇ ਦਿੱਤੀ ਕਿ ਜਾ ਯੂਨਿਸ ਹੁਣ ਤੈਨੂੰ ਅਸੀਂ ਮਾਫ਼ ਕੀਤਾ ਅਤੇ ਮੱਛੀ ਨੂੰ ਕਿਹਾ ਕਿ ਜਾ ਇਹਨੂੰ ਬਰੇਤ 'ਤੇ ਜਾ ਕੇ ਆਪਣੇ ਜਿਸਮ 'ਚੋਂ ਫਰਕ ਕਰਕੇ ਆ ਜਦੋਂ ਸਰਕਾਰ ਨੂੰ ਬਾਹਰ ਕੱਢਿਆ ਤਾਂ ਰੂਹ ਵਰਗਾ ਜਿਸਮ ਹੋ ਗਿਆ ਸੀ ਕੱਦੂ ਦੀ ਵਾਲ ਸਭ ਤੋਂ ਪਹਿਲੇ ਕੱਦੂ ਦੀ ਵਾਲ ਨੇ ਛਾਂ ਦਿੱਤੀ ਸੀ ਅਤੇ ਹਜ਼ੂਰ ਦੀ ਸ਼ਾਨ ਇਹ ਹੈ ਕੱਦੂ ਦੀ ਦੂਸਰੀ ਸ਼ਾਨ ਇਹ ਕਿ ਹਜ਼ੂਰ ਦੀ ਸੁਨਤ ਹੈ ਕੱਦੂ ਖਾਣਾ ਕਿ ਕਿਸੇ ਬੰਦੇ ਦਾ ਕੱਦੂ ਨਾ ਹੋਵੇ ਜੀ ਕੇਸ ਚੱਲੇ ਉਹ ਖਾਵੇ ਹੀ ਨਾ ਕਈ ਬੰਦੇ ਨਹੀਂ ਖਾਂਦੇ ਉਹਦਾ ਪੀਰ ਜਿਹੜਾ ਸੀ ਉਹ ਕੱਦੂ ਦਾ ਲੰਗਰ ਪਕਾਉਂਦਾ ਸੀ ਉਹਨੂੰ ਪਤਾ ਲੱਗਾ ਵੀ ਬਾਬੇ ਹੁਣ ਗੰਜੀ ਹੱਟੀ ਆਏ ਆ ਚੱਕਿਆ ਸੈਕਿੰਡ ਭੱਜਿਆ ਮਲੇ ਵਾਲੇ ਉੱਥੇ ਆ ਗਿਆ ਆ ਕੇ ਪੁੱਛਿਆ ਬਾਈ ਸਰਫਰਾਜ ਨੇ ਕਿਹਾ ਵੀ ਬਾਬੇ ਹੁਣੀ ਆਏ ਜ਼ਰੂਰ ਸੀ ਚਲੇ ਗਏ ਖਿੰਦਰਬਨ ਚੌਂਕ ਨੂੰ ਤੂੰ ਲੰਗਰ ਖਾ ਜਾ ਕਹਿੰਦਾ ਕੀ ਪੱਕਾ ਕਹਿੰਦਾ ਕੱਦੂ ਕਹਿੰਦਾ ਨਹੀਂ ਯਾਰ ਉੱਥੇ ਖਾ ਹੁਣ ਕਹਿੰਦੀ ਇੱਥੇ ਕੀ ਖਾਣਾ ਹੁਣ ਉੱਥੇ ਜਾ ਕੇ ਜਦ ਪੁੱਛਿਆ ਉੱਥੇ ਵਾਲੇ ਬਰੀ ਪੀੜ ਭਾਈ ਨੂੰ ਉਹ ਕਹਿੰਦਾ ਜੀ ਬਾਬੇ ਹੁਣੀ ਤਾਂ ਅੱਗੇ ਚੱਲ ਗਿਆ ਸ਼ਰੀਰ ਵਾਲੇ ਖੂਹ ਤਾਂ ਤੂੰ ਇਸ ਤਰ੍ਹਾਂ ਕਰ ਸਾਡੇ ਕੋਲ ਤੂੰ ਲੰਗਰ ਖਾ ਜਾ ਕਹਿੰਦਾ ਕੀ ਪੱਕਾ ਕਿ ਕੱਦੂ ਕਹਿੰਦਾ ਨਹੀਂ ਮੈਂ ਬਾਬੇ ਉਹਨਾਂ ਕੋਲ ਕਰਦਾ ਫਿਰ ਚੱਕ ਲਿਆ ਸਾਡੇ ਤੀਜੀ ਦਫ਼ਾ ਜਦੋਂ ਤੀਸਰੇ ਥਾਂ 'ਤੇ ਗਿਆ ਤਾਂ ਬਾਬੇ ਪੀਰ ਭਾਈ ਨੂੰ ਪੁੱਛਿਆ ਵੀ ਤੇਰੇ ਕੋਲ ਬਾਬੇ ਹੁਣੀ ਆਏ ਕਹਿੰਦਾ ਬਿਲਕੁਲ ਆਏ ਕਿੱਥੇ ਕਹਿੰਦਾ ਅੰਦਰ ਬੈਠੇ ਤੁਸੀਂ ਕਿੰਨੇ ਪਾਸੇ ਦੀ ਚੌਂਕੇ 'ਤੇ ਸਾਈਕਲ ਖੜਾ ਕਰ ਉੱਥੇ ਜੂਏ ਕੋਠੇ ਮੋਹਰੇ ਅਤੇ ਬਾਬੇ ਉਹਨਾਂ ਕੋਲ ਚੱਲ ਮੈਂ ਲੰਗਰ ਲੈ ਕੇ ਆਉਣਾ ਜਦੋਂ ਸਾਈਕਲ ਖੜਾ ਕਰਨ ਲੱਗਾ ਤਾਂ ਬਾਰੀ 'ਚ ਦੋ ਕੱਦੂ ਪਏ ਉਹ ਅੰਦਰ ਦਾ ਕੋਠਾ ਕੁੰਡਾ ਲੱਭਿਆ ਖੁੱਲ੍ਹੇ ਕੋਠੇ ਦਾ ਉਹ ਕਹਿੰਦਾ ਅੱਲਾ ਦੀਆ ਬੰਦਿਆ ਬਾਬੇ ਹੁਣੀ ਇੱਧਰ ਬੈਠੇ ਕਹਿੰਦਾ ਯਾਰ ਹੌਸਲਾ ਕਰ ਨਾਲੇ ਤਾਂ ਕੱਦੂ ਚੱਕੀ ਆਇਆ ਨਾਲੇ ਇੱਕ ਡੰਡਾ ਜਿਹਾ ਅੰਦਰ ਪਿਆ ਜੋ ਖਿੱਚੀ ਆ ਆ ਕੇ ਕੱਦੂ ਰੱਖ ਕੇ ਨਾ ਵੱਟ ਦੇ ਜੋੜ ਕੇ ਮਾਰ ਕੇ ਕਹਿੰਦਾ ਪਤੰਦਰੋ ਮੈਂ ਸਾਈਕਲ 'ਤੇ ਆਉਣਾ ਤੁਸੀਂ ਪਤਾ ਨਹੀਂ ਕਹਿ ਦਿੱਤੇ ਉਹਦਾ ਕੱਦੂ ਨਾਲ ਕੇਸ ਚੱਲੇ ਖਾਵੇ ਨਾ ਬਾਬੇ ਨੇ ਕਿਹਾ ਵੀ ਹੋਵੇ ਨਾ ਤੈਨੂੰ ਨਾ ਰੱਖੀ ਆਪੇ ਨਾ ਭੁੱਖਾ ਭੁੱਖਾ ਮਰਦਾ ਬਾਬਾ ਕਹਿੰਦਾ ਲੈ ਵੀ ਮਰੀਜ਼ ਤੂੰ ਸਾਡੇ ਨਾਲ ਜਾਣਾ ਕਹਿੰਦਾ ਜੀ ਮੇਰੀ ਕੋਈ ਇਨਕਾਰੀ ਨਹੀਂ ਉਹਨੇ ਕਿਹਾ ਤੈਨੂੰ ਮੈਂ ਕੱਦੂ ਕੱਦੂ 'ਤੇ ਡਿੱਗਿਆ ਮੈਂ ਕੱਦੂ 'ਤੇ ਪੱਟਣਾ ਬਾਬੇ ਦੇ ਦਿਲ 'ਚ ਵੀ ਇਹਨੂੰ ਕੱਦੂ 'ਤੇ ਲਾਉਣਾ ਹੁਣ ਦੇਖੋ ਕੀ ਬਣਦਾ ਪਹਿਲੇ ਮਰੀਜ਼ਾਂ ਦਾ ਪਿੰਡ ਆ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡਾ ਪੀਰ ਆਇਆ ਪੀਰਾਂ ਦਾ ਬੜਾ ਚਾਅ ਹੁੰਦਾ ਉਹਨੇ ਜਨਾਬ ਬਾਬੇ ਹੁਣੀ ਹੁਣ ਜਾਂਦੇ ਥੱਕੇ ਸੀਗੇ ਸੌਂਦਾ ਅਤੇ ਉਹ ਘਰ ਵਾਲਾ ਗੇੜੇ ਕੱਢਦਾ ਸੀ ਅਤੇ ਮਰੀਜ਼ ਦੀ ਅੱਖ ਉਹਦੀ ਕਹਿੰਦਾ ਉਹ ਕੀ ਦੇਖਦਾ ਭਾਈ ਕਹਿੰਦਾ ਬਾਬੇ ਉਹਨਾਂ ਨੂੰ ਦੇਖਦਾ ਕਰੋ ਕਿਉਂ ਕਹਿੰਦਾ ਲੰਗਰ ਪਕਾਉਣਾ ਕਹਿੰਦਾ ਪਕਾ ਜਾ ਕੇ ਕਹਿੰਦਾ ਪੁੱਛਣਾ ਸੀ ਸਰਕਾਰ ਨੇ ਕੀ ਖਾਣਾ ਕਹਿੰਦਾ ਕੁੱਕੜ ਕਰ ਲਾ ਉਹ ਕਹਿੰਦਾ ਨਵਿਆ ਬੰਦਿਆ ਬਾਬੇ ਹੁਣੀ ਕੱਦੂ ਖਾਂਦੇ ਗੋਸ਼ਤ ਨਹੀਂ ਖਾਂਦੇ ਕਹਿੰਦਾ ਬਾਬੇ ਦੇ ਕੱਦੂ ਵਾਲਾ ਗੋਸ਼ਤ ਚੜਦਾ ਤੂੰ ਖਾ ਪਕਾ ਜਾ ਕੇ ਉਹਨੂੰ ਗੋਸ਼ਤ ਪਕਾ ਲਿਆ ਸਰਕਾਰ ਕੁੱਕੜਾ ਜ਼ਿਬਾ ਕਰ ਲਿਆ ਪੀਰ ਲਈ ਹੁਣ ਚਾਹ ਹੁੰਦਾ ਪੀਰ ਲਈ ਛੰਨੇ ਦੇ ਵਿੱਚ ਚੰਗੀਆਂ ਚੰਗੀਆਂ ਬੋਟੀਆਂ ਦੇਸੀ ਘੇ ਪਾਈ ਚੰਗੀ ਕਰੀ ਅਤੇ ਵੀ ਮਰੀਜ਼ ਵਾਲੀ ਫੇਰ ਕੰਡੀ ਲੱਗੀ ਵਜਾ ਕੀ ਆ ਚਾਹ ਪੀਣ ਵਾਲੀ ਪਿਆਲੀ ਚਿੱਟਾ ਜਾਂ ਪਾਣੀ ਦੇ ਢੋਲ ਦੀਆਂ ਲੁੱਟ ਕੇ ਪਾ ਦੇਣੀ ਹੁਣ ਪੀਰ ਅਤੇ ਮਰੀਜ਼ ਇਕੱਠੇ ਬੈਠੇ ਦੋਵਾਂ ਮਰੇ ਰੋਟੀ ਰੱਖ ਦਿੱਤੀ ਉਹਦਾ ਕਦੀ ਆਪਣੀ ਤਾਂ ਕੌਲੀ ਤਕਾਉਂਦਾ ਅਤੇ ਕਦੀ ਪੀਰ ਵਾਲੀ ਦੇਖਦਾ ਕਹਿੰਦਾ ਵੀ ਕੰਮ ਤਾਂ ਮਾੜਾ ਸਰਕਾਰ ਕਹਿੰਦੇ ਖਾਂਦਾ ਨਹੀਂ ਕਹਿੰਦਾ ਜੀ ਮੈਨੂੰ ਸ਼ੱਕ ਪੈ ਗਈ ਕਹਿੰਦਾ ਸਰਕਾਰ ਗੌਰ ਨਾਲ ਦੇਖੋ ਇੱਕ ਮੈਨੂੰ ਤਾਂ ਲੱਗਦਾ ਵੀ ਮੇਰੇ ਵਾਲੀ ਪਿਆਲੀ ਕਿਸ਼ੋਰਾ ਪੁੱਠਾ ਤਾਂ ਨਹੀਂ ਕਿਤੇ ਪੈ ਗਿਆ ਬੜੀ ਭੁੱਖ ਸਾਨੂੰ ਰੋਟੀ ਖਾਣ ਦੀ ਸਬਰ ਦਾ
ਬਾਬੇ ਹੁਣੀ ਕੋਲੇ ਕਰ ਦੇਣਗੇ ਮੇਰੇ ਉਹ ਤਾਂ ਲੈ ਗਿਆ ਚੱਕ ਕੇ ਭਾਜੀ ਉਹ ਕਹਿੰਦਾ ਚੰਗਾ ਇੱਦਾਂ ਦੀ